सत श्री अकाल जी सारिआं नूं। ते अज आपां चले आ जी हिमाचल प्रदेश साइकल यात्रा ते। ते मेरे नाल हन जी दिलकमल, सुखविंदर ते सुखविंदर सिंह जी। दर्शन करावांगे तुहानूं उहनां दे वी। ਲੈ ਵੀ ਸੁਖਵਿੰਦਰ ਸਿੰਘ, ਇਹ ਉਹੀ ਆ ਪੁਰਾਣੇ ਪਾਪੀ ਨੇ ਇਹ। ਨਾਲ ਹੈਗੇ ਜੀ ਦਿਲਕਮਲ, ਉਹ ਬਲੌਗਰ ਨੇ ਮੇਰੇ ਨਾਲ। ਦੇਖੋ ਪੂਰੀ ਵੀਡੀਓ ਬਣ ਰਹੀ ਆ ਆਪਣੀ ਮੇਰੇ ਵੀਰੋ। ਦਿਲਕਮਲ ਸੁਖਵਿੰਦਰ ਬੋਪਰ ਆਏ, ਆਪਾਂ ਵੀ ਬਲੌਗਿੰਗ ਸ਼ੁਰੂ ਕਰਾਂਗੇ। ਹਾਂ, ਆਪਣਾ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰਨਾ ਹੈਗਾ। ਗੱਲ ਥੱਲੇ ਨਾਲ ਵਾਲੇ ਬਟਨ ਵਾਲੀ ਡੱਟਾਂ ਕੀ ਬਟਣੀ ਆ, ਉਹ ਵੀ ਦੱਬਣੀ ਆ। ਠੀਕ ਹੈ ਜੀ, ਠੀਕ ਆ, ਚੱਲੇ ਆ ਜੀ। ਆਪਾਂ ਦੇਖਦੇ ਰਾਹ ਦੇ ਵਿੱਚ ਕੋਈ ਵਧੀਆ ਜਗ੍ਹਾ ਹੋਊਗੀ, ਉਹਦੇ ਵੀ ਦਰਸ਼ਨ ਕਰਾਵਾਂਗੇ। ਅਤੇ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਾਂਗੇ ਰਾਹ ਦੇ ਵਿੱਚ, ਜਿਹੜੇ ਗੁਰਦੁਆਰਾ ਸਾਹਿਬ ਹੋਣਗੇ। ਮਿਲਦੇ ਹੀ ਆਪਾਂ ਅੱਗੇ। ਲਓ ਜੀ, 4:15 ਆਪਾਂ ਪਿੰਡ ਤੋਂ ਰਵਾਨਗੀ ਕੀਤੀ ਸੀ, ਅਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਜੋੜੇ ਪੁਲ 'ਤੇ। ਜਿਹੜੇ ਇਹ ਮਰੇਲ ਕੁਟਲੇ ਤੋਂ ਖੰਨਾ ਰੋਡ ਆ ਨਾ, ਉੱਥੇ ਆਉਂਦਾ ਜੋੜੇ ਪੁਲ, ਇਹ ਉੱਥੇ ਪਹੁੰਚ ਚੁੱਕੇ ਹਾਂ ਆਪਾਂ ਜੀ। ਅਤੇ ਸਾਡੇ ਇੱਕ ਚੌਥੇ ਸਾਥੀ ਨਹੀਂ ਲੱਭ ਰਿਹਾ, ਪਤਾ ਨਹੀਂ ਕਿੱਧਰ ਗਾਇਬ ਹੋ ਗਏ। ਚਾਚੂ ਕਿੱਧਰ ਗਿਆ? ਆਪਣਾ ਚਾਚੂ ਗਾਇਬ ਹੋ ਗਿਆ। ਲੱਭ ਗਿਆ ਸਾਥੀ ਆਪਣਾ, ਜਿਹੜਾ ਆਪਣਾ ਸਾਥੀ ਘੁੱਚ ਸੀ, ਆ ਗਿਆ। ਆ ਗਵਾਹੋਰ, ਆ ਗਵਾਚ ਗਿਆ ਜੀ ਸਾਥੀ ਆਪਣਾ। ਹੋਰ ਮਸਾਂ ਲੱਭਿਆ, ਮਸਾਂ ਲੱਭਿਆ, ਮਸਾਂ। ਹੋਰ ਪਤਾ ਨੀ ਕਿਹੜਾ 8-9 ਗੇਰ ਪਾ ਕੇ ਉਹ ਜਹਾਜ਼ ਹੀ ਬਣ ਗਿਆ ਸੀਗਾ, ਉਹ ਵੀ ਤੜਕੇ 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 ਠੇਕੇ 'ਤੇ ਲੱਭਿਆ। ਸੂਰਜ ਦੀਆਂ ਪਹਿਲੀਆਂ ਕਰਨਾ ਤੇ ਬੰਦਾ ਠੇਕੇ 'ਤੇ। ਆਪਾਂ ਪਹੁੰਚੇ ਸੀਗੇ ਅਮਲੋਹ, ਅਤੇ ਆਪਣਾ ਪੁਰਾਣਾ ਸਾਥੀ ਮਿਲ ਗਿਆ ਆਪਾਂ ਨੂੰ, ਜਿਹੜਾ ਆਪਣੇ ਨਾਲ ਚੰਡੀਗੜ੍ਹ ਗਿਆ ਸੀ ਸਾਈਕਲ ਯਾਤਰਾ 'ਤੇ, ਹੈ ਨਾ ਚ। ਜੱਸੀ ਮਿਲ ਗਿਆ ਆਪਾਂ ਨੂੰ। ਜੱਸੀ ਕਹਿੰਦਾ ਭਾਈ ਹਲਕਾ ਫੁਲਕਾ ਬ੍ਰੇਕਫਾਸਟ ਤਾਂ ਕਰਨਾ ਹੀ ਪੈਣਾ ਇੱਥੇ ਤੁਹਾਨੂੰ। ਸੁਖਵਿੰਦਰਾ ਕੀ ਕਹਿੰਦਾ ਇਹਨੂੰ, ਐਨਰਜੀ? ਆਹ ਵਾਹ ਵੀ ਵਾਹ, ਕਹਿੰਦਾ ਐਨਰਜੀ ਇਕੱਠੀ ਕਰਨੀ ਹੁਣ ਤਾਂ ਕਹਿੰਦੇ। ਸਰਹੰਦ ਪਹੁੰਚ ਚੁੱਕੇ ਜੀ ਆਪਾਂ, ਸਰਹੰਦ। ਲਓ ਜੀ, ਸਾਈਕਲ ਆਪਣੇ ਸਟੈਂਡ 'ਤੇ ਲੱਗ ਚੁੱਕੇ ਨੇ, ਅਤੇ ਆਪਾਂ ਨੂੰ ਜਿਹੜੀ ਸਵੇਰ ਵਾਲੀ ਰੋਟੀ ਆ ਹੁਣ ਮਿਲੂਗੀ ਆਪਾਂ ਨੂੰ ਘਰ ਢਾਬੇ 'ਤੇ। ਕਹਿੰਦੇ ਭਾਵੇਂ ਅੰਦਰ ਬਹਿ ਲਓ ਭਾਵੇਂ ਬਾਹਰ ਬਹਿ ਜਾਓ, ਹਲਕੇ ਫੁਲਕੇ ਹੋ ਜਾਓ ਕੋਈ ਨਾ। ਹਾਂ, ਹੋ ਜਾਓ ਕੋਈ ਚੱਕਰ ਨਹੀਂ। ਹਾਂਜੀ ਸੁਖਵਿੰਦਰ ਜੀ, ਤਿਆਰੀ ਹੈ ਪੂਰੀ ਬ੍ਰੇਕਫਾਸਟ ਦੀ? ਨਹੀਂ, ਮੈਨੂੰ ਤਾਂ ਲੱਗਦਾ ਪਹਿਲਾਂ ਤੁਸੀਂ ਘੰਟ ਲਾਓਗੇ, ਬੈਠੋਗੇ, ਦੇਖੋਗੇ, ਠੰਡਾ ਕਰੋਗੇ, ਫਿਰ ਖਾਓਗੇ। ਕਿ ਤਿਆਰੀ ਪੂਰੀ? ਭੁੱਖ ਲੱਗੀ, ਭੁੱਖ ਲੱਗੀ ਆ ਪੂਰੀ ਪੂਰੀ ਭੁੱਖ ਲੱਗੀ ਆ, ਪੂਰੀ ਭੁੱਖ ਲੱਗੀ। ਦਿਲ ਨੂੰ ਤਾਂ ਲੱਗੀ ਨਹੀਂ ਹੋਈ? ਮੈਂ ਤਾਂ ਥੋੜੀ ਨੋਰਮਲ ਆ, ਨੋਰਮਲ ਆ, ਨੋਰਮਲ ਆ। ਕੀ ਖਾਓਗੇ ਜੀ? ਦੇਖੋ, ਕੱਲੀ ਮੱਖਣੀ? ਆਲੂ ਦਾ ਪਰਾਂਠਾ। ਠੀਕ ਆ, ਠੀਕ ਆ, ਵੈਰੀ ਗੁੱਡ, ਸ਼ਾਬਾਸ਼, ਚੱਕ ਦੋ ਫਟੇ। ਆਪਾਂ ਪਹੁੰਚ ਚੁੱਕੇ ਹਾਂ ਜੀ ਰਾਜਪੁਰੇ ਦੇ ਬਿਲਕੁਲ ਨੇੜੇ, ਅਤੇ ਹੁਣ ਕਹਿੰਦੇ ਰਾਹ ਦੇ ਵਿੱਚ ਪੀਣਾ ਹੈ। ਕੀ ਪੀਣਾ ਦੱਸ ਵਜੇ ਸੁਖਵਿੰਦਰਾ? ਪਾਣੀ, ਪਾਣੀ ਜੂਸ ਵਾਲੀ ਰੇੜੀ 'ਤੇ ਖੜ ਕੇ ਪਾਣੀ, ਪਾਣੀ ਹੈ, ਪਾਣੀ ਪਾਣੀ ਕੀਤੀ ਪਈ ਆ। ਕਹਿੰਦੇ ਪਾਣੀ ਨਿਕਲ ਗਿਆ ਸਰੀਰ ਦਾ ਸਾਰਾ, ਹੁਣ ਕਹਿੰਦੇ ਜੂਸ ਪੀਣਾ, ਉਹ ਵੀ ਜਿਹੜਾ ਹੱਥਾਂ ਨਾਲ ਬਾਈ ਗੇਟ ਦਾ, ਇਹਦੇ ਵਿੱਚ ਕਹਿੰਦੇ ਤੱਤ ਸਾਰੇ ਹੀ ਨਾਲ ਹੀ ਆਉਂਦੇ ਆ ਜੂਸ ਦੇ। ਵਾਹ ਸੁਖਵਿੰਦਰ ਸਿੰਘ, ਇੱਕ ਮਿੰਟ ਨਹੀਂ ਬਹਿੰਦੇ, ਇੱਕ ਮਿੰਟ ਨਹੀਂ, ਉਹਦੀ ਫੋਨ ਖੋਲ੍ਹ ਲੈਂਦੇ ਆ। ਮੈਂ ਤਾਂ ਵੀਡੀਓ ਬਣਾਉਣਾ ਹੈਗਾ, ਦੱਸ ਤੁਸੀਂ ਨਾਮ ਜਪ ਲਓ ਬੈਠ ਕੇ 10 ਮਿੰਟ। ਆਹੋ, ਪਟਿਆਲੇ ਆ ਗਏ। ਚੱਲਦੇ ਚੱਲਦੇ ਆਪਾਂ ਪਹੁੰਚ ਚੁੱਕੇ ਹਾਂ ਜੀ ਬਿਲਕੁਲ ਅੰਬਾਲਾ ਦੇ ਨੇੜੇ, ਅਤੇ ਰਸਤੇ ਦੇ ਵਿੱਚ ਕਹਿੰਦੇ ਸਟੇ ਕਰਨੀ ਆ, ਰੈਸਟ ਕਰਨੀ ਆ ਥੋੜ੍ਹੀ ਮੋਟੀ, ਜਿਹੜੀ ਥਕਾਨ ਮਹਿਸੂਸ ਹੋਈ ਥੋੜ੍ਹੀ ਸਰੀਰ ਨੂੰ। ਅਤੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਅੰਬਾਲਾ ਦੇ ਨੇੜੇ, ਬਹੁਤ ਹੀ ਵਧੀਆ ਜਗ੍ਹਾ 'ਤੇ, ਬਹੁਤ ਹੀ ਬਹੁਤ ਜ਼ਿਆਦਾ ਸੋਹਣੀ ਜਗ੍ਹਾ 'ਤੇ ਪਹੁੰਚ ਚੁੱਕੀ ਹਾਂ। ਬਹੁਤ ਹੀ ਵਧੀਆ ਪਾਰਕ ਬਣਿਆ ਹੋਇਆ ਇੱਥੇ, ਅਤੇ ਤੁਹਾਨੂੰ ਤੁਹਾਨੂੰ ਦਿਖਾਉਂਦੇ ਹਾਂ, ਫੁੱਲ ਬਾੜੀ ਸਾਰਾ ਕੁਛ ਦਿਖਾਵਾਂਗੇ, ਅਤੇ ਨਾਲੇ ਦੂਜੇ ਏਰੀਆ ਦਿਖਾਵਾਂਗੇ ਤੁਹਾਨੂੰ ਪੂਰਾ ਵਧੀਆ। ਕੁਦਰਤ ਦਾ ਸੋਹਣਾ ਦ੍ਰਿਸ਼ ਆ ਜੀ ਇੱਥੇ, ਦੇਖੋ ਇੰਡਸਟਰੀਅਲ ਏਰੀਆ ਗਾ, ਪਲਾਟ ਕੱਟੇ ਜਾਂਦੇ ਇੱਥੇ, ਅਤੇ ਜਾਣੀ ਕਹਿੰਦੇ ਰੈਸਟ ਕਰਨੀ ਇੱਥੇ ਥੋੜ੍ਹਾ ਟਾਈਮ, ਅਤੇ ਆਪਣੀ ਗੱਡੀਆਂ ਖੜੀਆਂ ਨੇ। ਆਪਣੇ ਦਿਲੂ ਜੀ ਤਾਂ ਹੋ ਗਏ ਫੋਨ ਦੇ ਵਿੱਚ ਬੀਜੀ, ਅਤੇ ਸੁਖਵਿੰਦਰ ਅਤੇ ਚਾਚਾ ਤਾਂ ਪੈ ਗਏ ਲੰਮੇ, ਕਹਿੰਦੇ ਰੈਸਟ ਕਰਨੀ ਆ ਪੂਰੀ, ਪਾਣੀ ਪੀ ਕੇ ਕੈਨੀਆਂ ਕੈਨੀਆਂ ਪੂਰੀਆਂ, 5 ਲੀਟਰ ਵਾਲੀ ਪਾਣੀ ਦੀ ਕੈਨੀ ਪੀ ਕੇ ਹੁਣ ਸਿੱਧਾ ਹੋ ਕੇ ਪੈ ਗਿਆ ਸੁਖਵਿੰਦਰ। ਕਿਉਂ ਆ ਗਏ ਨੇ ਯਾਰ?
ਠੀਕ ਆ ਹੁਣ ਠੀਕ ਆ ਫਿੱਟ ਚਲੋ ਵਧੀਆ ਵਧੀਆ ਗੱਲ ਹੈ ਬਹੁਤ ਸੋਹਣੀ ਜਗ੍ਹਾ ਜੀ ਦੇਖਣ ਨੂੰ ਵੀ ਨਜ਼ਾਰੇ ਆ ਗਏ ਇੱਥੇ ਆਪਦੇ ਆਪ ਮੱਲੋ ਮੱਲੀ ਜੀ ਕੀਤਾ ਬਸ ਇੱਥੇ ਬਹਿ ਜਾਈਏ ਪੈ ਜਾਈਏ ਰੈਸਟ ਕਰ ਲਈਏ ਚਲੋ ਵੀ ਚਲੋ ਬਹੁਤ ਰੈਸਟ ਹੋ ਗਈ ਚਲੋ ਹੁਣ ਚੱਲੇ ਪਈਏ ਆਪਾਂ ਧੰਨਵਾਦ ਆ ਬਈ ਪਾਰਕ ਵਾਲੇ ਮਾਲਕਾਂ ਦਾ ਬਹੁਤ ਬਹੁਤ ਲਓ ਜੀ ਇੱਥੇ ਪਹੁੰਚ ਗਏ ਅੰਗਰੇਜ਼ੀ ਚਲੀ ਗਏ ਇਸ ਕਰਕੇ ਸਮਝ ਨਹੀਂ ਆਇਆ ਕਿੱਥੇ ਪਹੁੰਚ ਗਏ ਪਰ ਪਹੁੰਚ ਗਏ ਅੰਬਾਲੇ ਅੰਬਾਲੇ ਸ਼ਹਿਰ ਦੇ ਵਿੱਚ ਕਹਿੰਦੇ ਮਿਸਤਰੀ ਸਾਹਿਬ ਕੋਲ ਪਹੁੰਚ ਚੁੱਕੇ ਹਾਂ ਆਪਾਂ ਅਤੇ ਲਵਾ ਲਈਏ ਫਿਰ ਕੈਰੀ ਆਵਲ ਦਿਲੂ ਕਹਿੰਦਾ ਕਲੀਅਰ ਲਵਾਉਣਾ ਕੈਰੀ ਆਲ ਲਵਾਉਣਾ ਸਰਦਾ ਨਹੀਂ ਕਹਿੰਦਾ ਬੈਗ ਭਾਰਾ ਬਹੁਤ ਆ ਦਿਲੂ ਕਹਿੰਦਾ ਫਿਰ ਮੈਨੂੰ ਵੀ ਰੀਸ ਹੋ ਗਿਆ ਮੈਂ ਵੀ ਲਵਾ ਲੈਣਾ ਚਲਾ ਸੰਗੀ ਟ੍ਰੇਨ ਆ ਗਈ ਟ੍ਰੇਨ ਚਲੋ ਛੋਕਰਾ ਨੰਘ ਗਈ ਛੇਤੀ ਹੋਈ ਲਓ ਜੀ ਤੁਰਦੇ ਤੁਰਦੇ ਖਾਂਦੇ ਪੀਂਦੇ ਡਿੱਗਦੇ ਢਹਿੰਦੇ ਅਖੀਰ ਅੱਜ ਪਹਿਲੇ ਦਿਨ ਆਪਾਂ ਆਪਣੀ ਮੰਜ਼ਿਲ 'ਤੇ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਪਾਤਸ਼ਾਹੀ ਅੱਠਵੀਂ ਧੰਨਵਾਦ ਸਾਥੀਓ ਸਾਥ ਰਿਹਾ ਦੇਣ ਲਈ ਲਓ ਜੀ ਸਾਈਕਲ ਆਪਣੇ ਸਟੈਂਡ ਦੇ ਵਿੱਚ ਲੱਗ ਚੁੱਕੇ ਨੇ ਅਤੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋ ਚੁੱਕੇ ਹਾਂ ਹੁਣ ਆਪਾਂ ਕਮਰਾ ਲਵਾਂਗੇ ਨਹਾ ਧੋ ਕੇ ਮੱਥਾ ਟੇਕ ਕੇ ਆਵਾਂਗੇ ਦਰਬਾਰ ਸਾਹਿਬ ਮੱਥਾ ਟੇਕਣ ਚੱਲਦੇ ਹਾਂ ਅਤੇ ਤੁਸੀਂ ਪ੍ਰਸ਼ਾਦਾ ਪਾਈ ਸਕਦੇ ਸਵਾ ਸੱਤ ਹੋ ਗਏ ਨੇ ਬਾਕੀ ਸਫ਼ਰ ਆਪਾਂ ਕੱਲ੍ਹ ਨੂੰ ਸ਼ੁਰੂ ਕਰਾਂਗੇ ਅਤੇ ਵੀਡੀਓ ਵੀ ਆਪਾਂ ਕੱਲ੍ਹ ਨੂੰ ਬਣਾਵਾਂਗੇ